ਇੱਕ ਗਾਈਜ਼ ਤੁਹਾਡੇ ਲਈ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਵੱਡਾ ਸਰਪ੍ਰਾਈਜ਼ ਹੈ। ਤੋ ਹੇ ਗਾਈਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਅਤੇ ਅੱਜ ਹੈ ਜੀ ਸ਼ਿਵਰਾਤਰੀ, ਅਤੇ ਸ਼ਿਵਰਾਤਰੀ ਦੀ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ। ਅਤੇ ਤੁਹਾਨੂੰ ਜਿੱਦਾਂ ਮੈਂ ਕਿਹਾ ਸੀਗਾ ਕਿ ਆਰਿਆ ਨਾਲ ਮੈਂ ਵਲੌਗ ਸਟਾਰਟ ਕਰਿਆ ਕਰਾਂਗਾ, ਆਰਿਆ ਨਾਲ ਜੇ ਸੁੱਤਾ ਹੋਇਆ ਅਤੇ ਮੈਂ ਕੱਲਾ ਹੀ ਵਲੌਗ ਸਟਾਰਟ ਕਰਨ ਲੱਗਿਆ। ਅਤੇ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਆਪਾਂ ਹਰ ਤਿਉਹਾਰ 'ਤੇ ਵੰਸ਼ ਦੀ ਫੋਟੋ ਖਿੱਚਦੇ ਹੈਗੇ, ਆਰਿਆ ਦੀ ਫੋਟੋ ਖਿੱਚਦੇ ਹੈਗੇ, ਅਤੇ ਅੱਜ ਵੀ ਆਪਾਂ ਫੋਟੋ ਖਿੱਚਾਂਗੇ ਉਹਦੀ। ਅਤੇ ਉਹੀ ਆਪਾਂ ਸਮਾਨ ਸਮੂਨ ਲੈਣ ਆਏ ਸੀ ਕੁਛ ਥੋੜ੍ਹਾ ਜਿਹਾ ਡੈਕੋਰੇਸ਼ਨ ਵਾਸਤੇ। ਚਲੋ ਡੈਕੋਰੇਸ਼ਨ ਦਾ ਸਮਾਨ ਸਮੂਨ ਲੈ ਕੇ ਫਿਰ ਚੱਲਦੇ ਹਾਂ ਥੱਲੇ ਅਤੇ ਮਿਲਦੇ ਹਾਂ ਜੀ ਤੁਹਾਨੂੰ। ਅਤੇ ਸਭ ਤੋਂ ਪਹਿਲੇ ਅਸੀਂ ਆਹ ਗੱਤਾ ਲੈ ਕੇ ਆਏ ਸੀਗੇ, ਇਹਦਾ ਤ੍ਰਿਸ਼ੂਲ ਬਣਾਵਾਂਗੇ ਆਪਾਂ, ਅਤੇ ਇਹਦਾ ਆਪਾਂ ਮਾਊਂਟੇਨਸ ਬਣਾਵਾਂਗੇ, ਅਤੇ ਥੋੜ੍ਹਾ ਜਿਹਾ ਆਪਾਂ ਰੂਹ ਲੈ ਕੇ ਆਏ ਸੀ ਕੋਟਨ, ਇਹਦਾ ਹੁਣ ਦੇਖਦੇ ਹਾਂ ਕਿਆ ਬਣਦਾ ਇਹਦਾ। ਅਤੇ ਬੈਕਗਰਾਊਂਡ ਵਾਸਤੇ ਮੈਂ ਥੋੜ੍ਹਾ ਜਿਹਾ ਪਰਦੇ ਪੁਰਦੇ ਲੈ ਕੇ ਆਇਆ ਸੀਗਾ। ਸੋ ਗਾਈਜ਼, ਇਹ ਅਸੀਂ ਤ੍ਰਿਸ਼ੂਲ ਤਾਂ ਬਣਾ ਲਿਆ ਹੋਇਆ ਅਸੀਂ ਗੱਤੇ ਨਾਲ, ਅਤੇ ਅਸੀਂ ਕਟਿੰਗ ਕਰਨੀ ਹੈ ਇਹਦੀ। ਅਤੇ ਇਹ ਬਣ ਰਿਹਾ ਜੀ ਪਹਾੜ, ਬਾਕੀ ਸੰਗੀਤਾ ਜੀ ਮਿਹਨਤ ਕਰ ਰਹੇ ਹੈ ਪੀ ਓ ਪੀ ਨਾਲ, ਆਪਾਂ ਪਹਾੜ ਬਣਾ ਰਹੇ ਹਾਂ, ਥੋੜ੍ਹੀ ਕੋਸ਼ਿਸ਼ ਕਰ ਰਹੇ ਪਹਾੜ ਬਣਾਉਣ ਦੀ। ਅਤੇ ਬਾਕੀ ਤੁਸੀਂ ਖਲਾਰਾ ਦੇਖ ਸਕਦੇ ਹੋ ਕਿੰਨਾ ਖਲਾਰਾ ਪਿਆ ਹੋਇਆ ਹੈ। ਸੋ ਗਾਈਜ਼, ਇੱਕ ਅਸੀਂ ਆਹ ਤ੍ਰਿਸ਼ੂਲ ਬਣਾਇਆ ਸੀ ਗੱਤੇ ਦਾ, ਅਤੇ ਤੁਹਾਨੂੰ ਮੈਂ ਜਿੱਦਾਂ ਪਹਿਲਾਂ ਦੱਸਿਆ ਸੀਗਾ, ਅਤੇ ਉਸ ਤਰ੍ਹਾਂ ਆਪਾਂ ਇਹ ਕਲਰ ਕੁਲਰ ਕਰਕੇ ਤ੍ਰਿਸ਼ੂਲ ਬਣਾਇਆ ਛੋਟਾ ਜਿਹਾ ਵੰਸ਼ ਵਾਸਤੇ। ਸੋ ਗਾਈਜ਼, ਇਹ ਅਸੀਂ ਪਹਾੜ ਬਣਾਏ ਸੀਗੇ, ਅਤੇ ਇਹਦਾ ਤੁਹਾਨੂੰ ਬਹਿਣ ਦੱਸੀ ਨਾ ਆਪਾਂ ਦਿਖਾਤਾ ਸੀਗਾ ਥੋੜ੍ਹਾ ਜਿਹਾ। ਇਹ ਸੰਗੀਤਾ ਨੇ ਬਣਾਇਆ, ਇਹ ਮੈਂ ਬਣਾਇਆ, ਅਤੇ ਵੈਸੇ ਤਾਂ ਮੈਨੂੰ ਦੋਨੋਂ ਵਧੀਆ ਲੱਗ ਰਹੇ ਆ, ਬਾਕੀ ਤੁਸੀਂ ਦੱਸ ਦਿਓ ਕਿਹੜਾ ਵਧੀਆ ਹੈਗਾ ਜ਼ਿਆਦਾ। ਅਤੇ ਉਸ ਤੋਂ ਬਾਅਦ ਅਸੀਂ ਸੈਟਅਪ ਅਸੀਂ ਇਹ ਤਿਆਰ ਕੀਤਾ ਹੋਇਆ ਹੈ, ਬਲੈਕ ਬਲੂ ਕਲਰ ਦਾ ਬੈਕਗਰਾਊਂਡ ਕੀਤਾ, ਵਾਈਟ ਕਲਰ ਦਾ ਇਹ ਕੀਤਾ, ਅਤੇ ਆਪਾਂ ਬਰਫ਼ ਵਾਂਗ ਕੋਟਨ ਫੈਲਾਤਾ ਇੱਥੇ, ਅਤੇ ਉਸ ਤੋਂ ਬਾਅਦ ਹੁਣ ਆਪਾਂ ਵੰਸ਼ ਨੂੰ ਤਿਆਰ ਕਰਾਂਗੇ। ਸੋ ਗਾਈਜ਼, ਸਾਡਾ ਫਾਈਨਲੀ ਸੈਟਅਪ ਰੈਡੀ ਹੋ ਗਿਆ ਹੈ ਜੀ, ਤਾਂ ਤੁਹਾਨੂੰ ਆਪਾਂ ਫਸਟ ਲੁੱਕ ਦਿਖਾਉਂਦੇ ਹਾਂ ਸੈਟਅਪ ਦੀ। ਅਤੇ ਵੰਸ਼ੂ ਅਜੇ ਸੁੱਤਾ, ਵੰਸ਼ੂ ਅਜੇ ਥੋੜ੍ਹਾ ਰੈਸਟ ਕਰ ਰਿਹਾ ਹੈ, ਅਤੇ ਉਸ ਤੋਂ ਬਾਅਦ ਉਹਨਾਂ ਵੀ ਆਪਾਂ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ, ਉਦੋਂ ਤੱਕ ਤੁਸੀਂ ਫਸਟ ਲੁੱਕ ਦੇਖ ਲਓ ਸਾਡੇ ਸੈਟਅਪ ਦੀ। ਸੋ ਗਾਈਜ਼, ਅਸੀਂ ਫਾਈਨਲ ਸੈਟਅਪ ਇਹ ਤਿਆਰ ਕੀਤਾ ਹੈ ਜੀ, ਆ ਚੈੱਕ ਕਰ ਸਕਦੇ ਤੁਸੀਂ, ਬਹੁਤ ਹੀ ਵਧੀਆ ਸੈਟਅਪ ਲੱਗ ਰਿਹਾ ਹੈ। ਅਤੇ ਹੁਣ ਆਪਾਂ ਇੱਥੇ ਵੰਸ਼ ਨੂੰ ਲਿਆ ਕੇ ਬਿਠਾਵਾਂਗੇ ਅਤੇ ਫੋਟੋਜ਼ ਵਗੈਰਾ ਖਿੱਚਾਂਗੇ ਆਪਾਂ। ਸੋ ਗਾਈਜ਼, ਸਾਡੇ ਵੰਸ਼ ਜੀ ਸੈਟਅਪ ਦੇ ਵਿੱਚ ਆ ਗਿਆ, ਅਤੇ ਇਹਨਾਂ ਦਾ ਫੋਟੋ ਸ਼ੂਟ ਹੋ ਗਿਆ ਹੈ ਜੀ, ਆ ਦੇਖ ਸਕਦੇ ਹੋ ਤੁਸੀਂ। ਅੱਛਾ, ਇਹ ਵੀ ਥੈਂਕ ਯੂ ਬੋਲ ਰਹੇ ਆ ਜੀ ਸਾਰਿਆਂ ਦਾ, ਬੋਲੋ ਸਾਰੇ ਸਬਸਕ੍ਰਾਈਬ ਕਰ ਦਿਓ, ਬੋਲੋ ਬੋਲੋ, ਹੈਂਡੂ ਨਾਲ ਬੋਲਦਾ ਪਿਆ, ਸਾਰੇ ਸਬਸਕ੍ਰਾਈਬ ਕਰ ਦਿਓ। ਆਹ ਦੇਖ ਲਓ ਜੀ ਸੈਟਅਪ, ਬਹੁਤ ਹੀ ਵਧੀਆ ਸੈਟਅਪ, ਅਤੇ ਵੰਸ਼ ਜੀ ਵੀ ਬਹੁਤ ਵਧੀਆ ਲੱਗ ਰਹੇ ਹੈ। ਅਤੇ ਹੁਣ ਇਹਨਾਂ ਦਾ ਆਪਾਂ ਫੋਟੋ ਸ਼ੂਟ ਖਤਮ ਕਰਦੇ ਹਾਂ ਜੀ। ਅੱਛਾ, ਬਾਏ ਬਾਏ। ਸੋ ਗਾਈਜ਼, ਵੰਸ਼ ਦਾ ਹੋ ਗਿਆ ਜੀ ਫੋਟੋ ਸ਼ੂਟ ਖਤਮ। ਲਓ ਜੀ, ਆਪਣੇ ਕੱਪੜੇ ਕੱਪੜੇ ਚੇਂਜ ਕਰਨ ਲੱਗੇ ਆ ਵੰਸ਼ ਜੀ। ਹਾਂਜੀ ਸਰ, ਹਾਂਜੀ। ਇੱਕ ਗਾਈਜ਼, ਤੁਹਾਡੇ ਲਈ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਵੱਡਾ ਸਰਪ੍ਰਾਈਜ਼ ਹੈ ਤੁਹਾਡੇ ਵਾਸਤੇ, ਇੱਕ ਗੁੱਡ ਨਿਊਜ਼ ਹੈ, ਉਹ ਤੁਹਾਨੂੰ ਆਪਾਂ ਬਹੁਤ ਜਲਦ ਦੱਸ ਦਾਂਗੇ। ਗਾਈਜ਼, ਵਲੌਗ ਕਰਦੀਆਂ ਜੀ ਇੱਥੇ ਖਤਮ। ਜੇ ਵਧੀਆ ਲੱਗਿਆ ਵਲੌਗ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਅਤੇ ਸਾਰਿਆਂ ਨੂੰ ਮੇਰੇ ਵੱਲੋਂ ਸ਼ਿਵਰਾਤਰੀ ਦੀ ਬਹੁਤ ਬਹੁਤ ਮੁਬਾਰਕਾਂ।